ਹਾਂਜੀ ਜਨਾਬ, ਕੀ ਨਾਮ ਹੈ ਆਪਣਾ? ਸਰ ਮੇਰਾ ਨਾਮ ਕਰਮਜੀਤ ਸਿੰਘ ਹੈ ਜੀ। ਇਹ ਅੱਜ ਸਰਾਜਾ ਚੌਂਕ 'ਚ ਕੀ ਹੋਇਆ ਸਾਰਾ ਮਾਮਲਾ ਤੁਹਾਡੇ ਨਾਲ? ਸਰ ਉੱਥੇ ਪਾਣੀ ਦੀ ਕੰਪਲੇਂਟ ਸੀ ਕਿ ਪਾਣੀ ਜੀ ਕਾਰਬਨ ਆ ਰਹੀ ਆ। ਸਰ ਅਸੀਂ ਕੰਪਲੇਂਟ ਗਏ, ਮੈਂ ਤਾਂ ਮਨਜੀਤ ਸਰ ਗਏ ਸੀਗੇ ਸਰ, ਦੁਕਾਨ ਦੇ ਬਾਹਰ ਹੋਂਡਾ ਜਵੈਲਰ ਦੇ ਬਾਹਰ ਕੁਆਇੰਟ ਲੱਗਾ ਸੀਗਾ ਸਰ। ਕੁਆਇੰਟ ਨੂੰ ਅਸੀਂ ਖੋਲ੍ਹਿਆ ਅਤੇ ਸਰ ਦੁਕਾਨ ਦੇ ਵਿੱਚ ਇੱਕ ਮੁੰਡਾ ਨਿਕਲਿਆ ਅਤੇ ਉਹ ਸਾਨੂੰ ਗਾਲਾਂ ਕੱਢਣ ਲੱਗ ਪਿਆ। ਕਹਿੰਦਾ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਦੁਕਾਨ ਦੇ ਅੰਦਰ ਪੈ ਗਿਆ। ਮੈਂ ਕਿਹਾ ਸਰ ਕੋਈ ਨਹੀਂ, ਜੇ ਪਾਣੀ ਆਊਗਾ ਤਾਂ ਅਸੀਂ ਕੱਢ ਦਿਆਂਗੇ। ਸਰ ਇੰਨੇ ਨੂੰ ਉਹ ਅੰਦਰੋਂ ਗਾਲਾਂ ਕੱਢਣ ਲੱਗ ਪਿਆ ਅਤੇ ਇੰਦਰੋਂ ਅੰਦਰ ਨੂੰ ਇੱਕ ਪੈਪ ਲੈ ਕੇ ਆਇਆ ਅਤੇ ਸਾਨੂੰ ਕਹਿੰਦਾ ਤੁਸੀਂ ਨਸ਼ਾ ਕਰਕੇ ਆਏ ਹਾਂ। ਅਤੇ ਉਹਨਾਂ ਨੇ ਔਨ ਡਿਊਟੀ ਮਨਜੀਤ ਸਿੰਘ ਦੇ ਕਾਲਰ ਨੂੰ ਵੀ ਹੱਥ ਪਾਇਆ ਅਤੇ ਸਾਨੂੰ ਗਾਲਾਂ ਕੱਢੀਆਂ ਅਤੇ ਮੈਨੂੰ ਦੜਾ ਕੇ ਕੁੱਟਿਆ ਅਤੇ ਇਸ ਵੇਲੇ ਮੈਨੂੰ ਸਾਹ ਲੈਣ 'ਚ ਪ੍ਰੋਬਲਮ ਆ ਰਹੀ ਹੈ। ਮੇਰੇ ਨੱਕ 'ਤੇ ਮਾਰਿਆ ਜੀ ਉਹਨਾਂ ਨੇ, ਦੋ ਜਣੇ ਨੇ ਕੁੱਟਿਆ ਜੀ। ਕੀ ਮੰਗ ਕਰਦੇ ਆਪਾਂ? ਕਾਨੂੰਨੀ ਕਾਰਵਾਈ ਕਰਕੇ ਮੈਨੂੰ ਸਾਥ ਦਿੱਤਾ ਜਾਵੇ। ਹਾਂਜੀ ਸਰ, ਅੱਜ ਆਪਾਂ ਆਊਟਸੋਰਸ ਮੁਲਾਜ਼ਮ ਸਾਰੇ ਸਿਟੀ ਥਾਣਾ ਘੰਟਾ ਘਰ ਇਕੱਠੇ ਹੋਏ ਹਾਂ, ਕੀ ਹੈਗਾ ਮਾਮਲਾ ਤੁਹਾਡਾ? ਸਾਡਾ ਇੱਦਾਂ ਜੀ ਕਿ ਸਾਡਾ ਇੱਕ ਵਾਟਰ ਸਪਲਾਈ ਮੈਂਟੇਨੈਂਸ ਦੇ ਵਿੱਚ ਲੜਕਾ ਹੈਗਾ ਕਰਨਵੀਰ, ਜਿਹੜਾ ਕਿ ਹਾਈਡੈਂਟ ਖੋਲ੍ਹਣ ਗਏ ਸੀਗੇ, ਕਿਤੇ ਕੰਪਲੇਂਟ ਆਈ ਸੀਗੀ ਕਿਸੇ ਕਸਟਮਰ ਦੀ ਚੌਂਕ ਸਰਾਜਾ ਦੇ ਵਿੱਚ। ਉੱਥੇ ਸਨੈਰੀ ਦੁਕਾਨ ਮੂਹਰੇ ਸੀਗਾ ਉਹ, ਜੇ ਉਹਦੇ 'ਚੋਂ ਪ੍ਰੈਸ਼ਰ ਪੈ ਕੇ ਥੋੜ੍ਹਾ ਪਾਣੀ ਬਾਹਰ ਚਲਾ ਗਿਆ ਤਾਂ ਉਸ ਬੰਦੇ ਨੇ ਸਾਡਾ ਮੁਲਾਜ਼ਮ ਬੁਰੀ ਤਰ੍ਹਾਂ ਕੁੱਟਿਆ। ਔਰ ਦੋ ਬੰਦੇ ਸੀਗੇ, ਇੱਕ ਪੱਕਾ ਬੰਦਾ ਸੀ, ਕੱਚਾ ਬੰਦਾ ਸੀ, ਉਹਨੇ ਦੋਨਾਂ ਨੂੰ ਭਾਜੀ ਕੁੱਟਿਆ ਔਰ ਆਪ ਹੁਣ ਦੁਕਾਨ ਬੰਦ ਕਰਕੇ ਚਲਾ ਗਿਆ। ਅਸੀਂ ਸਾਡੇ ਜਿੰਨੇ ਵੀ ਮੁਲਾਜ਼ਮ ਸਾਥੀ ਆ, ਜੋ ਵੀ ਇੱਥੇ ਪ੍ਰਧਾਨ ਸਾਹਿਬ ਵੀ ਖੜੇ ਆ, ਅਸੀਂ ਕੰਮ ਕਰ ਦਿੱਤਾ ਬੰਦ ਚੌਂਕ ਸਰਾਜਾ ਦੇ ਵਿੱਚ। ਉਨੀ ਦੇਰ ਤੱਕ ਪਾਣੀ ਨਹੀਂ ਜਾਏਗਾ, ਸੀਵਰੇਜ ਵੀ ਬੰਦ ਕਰ ਦਿੱਤਾ, ਜਦੋਂ ਤੱਕ ਸਾਡੇ ਮੁਲਾਜ਼ਮ ਦਾ ਇਨਸਾਫ਼ ਨਹੀਂ ਹੁੰਦਾ। ਜਿੰਨੀ ਦੇਰ ਤੱਕ ਉਹ ਬੰਦੇ ਥਾਣੇ ਲਿਆ ਕੇ ਇੱਥੇ ਨਹੀਂ ਫੜੇ ਜਾਂਦੇ ਨਾ, ਨਹੀਂ ਦਿਖਾਏ ਜਾਂਦੇ ਸਾਨੂੰ, ਉਨੀ ਦੇਰ ਤੱਕ ਕੰਮ ਨਹੀਂ ਹੋਊਗਾ ਚੌਂਕ ਸਰਾਜਾ ਦਾ ਕੋਈ ਵੀ। ਉਸ ਸੁਨਹਿਰੇ ਦੁਕਾਨ ਦਾ ਨਾਮ ਕੀ ਹੈ ਜਿਹਨੇ ਕੁੱਟਿਆ? ਹਾਂਡਾ ਜੂਲਰ। ਤੇ ਉਹਨਾਂ ਨੇ ਕੋਈ ਇਹਦਾ ਵਿਰੋਧ ਨਹੀਂ ਕੀਤਾ ਕਿ ਕਿਉਂ ਕੁੱਟ ਰਹੇ ਜਾਂ ਕੀ ਹੈ? ਨਹੀਂ, ਕਿਸੇ ਨੇ ਰੋਕਿਆ ਨਹੀਂ, ਬਾਜ਼ਾਰ ਵਾਲੇ ਕਿਸੇ ਨੇ, ਬਾਜ਼ਾਰ ਵਾਲੇ ਨੇ ਕਿਸੇ ਨੇ ਉਹਨਾਂ ਦੀ ਹੈਲਪ ਹੀ ਨਹੀਂ ਕੀਤੀ, ਉਹ ਦੜਾ ਦੜਾ ਸਾਡੇ ਮੁਲਾਜ਼ਮ ਨੂੰ। ਉਹਨੂੰ ਉੱਥੇ ਵੀਡੀਓ ਬਣੀ ਹੋਈ ਹੈ, ਕੈਮਰੇ ਲੱਗੇ, ਗਲੀ 'ਚ ਦੜਾ ਦੜਾ ਕੇ ਕੁੱਟਿਆ ਗਿਆ। ਤੇ ਪ੍ਰਸ਼ਾਸਨ ਕੋਲ ਆਪਾਂ ਕੀ ਮੰਗ ਕਰਦੇ ਹਾਂ? ਪ੍ਰਸ਼ਾਸਨ ਕੋ ਆਏ ਹਾਂ ਜੀ, ਹਾਲੇ ਜੋ ਬਣਦੀ ਕਾਰਵਾਈ ਹੈਗੀ ਅਸੀਂ ਕਰਾਂਗੇ ਜ਼ਰੂਰ ਉਹਨਾਂ ਕੋ, ਅਸੀਂ ਆਏ ਹਾਂ ਪ੍ਰਸ਼ਾਸਨ ਦੇ। ਤੇ ਹੁਣ ਉਸ ਯੁਵਕ ਦੇ ਕੀ ਹਾਲਾਤ ਹੈਗੇ ਇਸ ਟਾਈਮ? ਉਹਨਾਂ ਨੂੰ ਅਸੀਂ ਉੱਥੇ ਹਸਪੀਟਲ ਭੇਜਿਆ ਹੈਗਾ ਦਾਖਲ ਕਰਾਉਣ ਵਾਸਤੇ। ਉਹਦੇ ਨੱਕ ਤੇ ਕਾਫੀ ਫ੍ਰੈਕਚਰ ਹੈਗਾ ਵਾ, ਉਹਦਾ ਵੀ ਖੂਨ ਖਾਨ ਨਿਕਲਦਾ ਕਾਫੀ ਜਗ੍ਹਾ ਤੋਂ। ਹੁਣ ਬਾਕੀ ਮੈਡੀਕਲ ਰਿਪੋਰਟ ਆਏਗੀ ਤਾਂ ਫਿਰ ਪਤਾ ਲੱਗੇਗਾ ਉਹਦੇ ਕਿੰਨੀ ਕੁ ਸੱਟ ਲੱਗੀ। ਹਾਂਜੀ ਜਨਾਬ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਨਜੀਤ ਸਿੰਘ ਹੈ ਜੀ। ਇਹ ਸਰਾਜਾ ਚੌਂਕ 'ਚ ਅੱਜ ਕੀ ਮਾਮਲਾ ਹੋਇਆ ਸਾਰਾ? ਸਰ ਸਾਨੂੰ ਉੱਥੇ ਦੀ ਕੰਪਲੇਂਟ ਆਈ ਸੀ, ਪਾਣੀ ਬਹੁਤ ਗੰਦਾ ਆ ਰਿਹਾ ਜੀ, ਅਤੇ ਅਸੀਂ ਕੰਪਲੇਂਟ 'ਤੇ ਗਏ, ਸਕਾਊਟ ਪੁਆਇੰਟ ਖੋਲ੍ਹਣ ਗਏ ਸੀ ਜੀ। ਕੌਣ ਕੌਣ ਗਿਆ ਸੀਗਾ? ਮੇਰੇ ਨਾਲ ਕਰਮਵੀਰ ਜੀ ਅਤੇ ਮਨਜੀਤ ਸਿੰਘ ਮੇਰਾ ਨਾਂ ਹੈ ਜੀ। ਅਸੀਂ ਦੋਨੇ ਜਣੇ ਖੋਲ੍ਹਣ ਗਏ, ਉਸ ਦੁਕਾਨ 'ਤੇ ਬਾਹਰ ਲੜਕਾ ਖੜ੍ਹਾ ਸੀ, ਅਸੀਂ ਕਦੋਂ ਖੋਲ੍ਹਣ ਲੱਗੇ ਤਾਂ ਗਾਲੀ ਕੱਢਣ ਲੱਗ ਗਿਆ ਜੀ। ਉਸ ਤੋਂ ਬਾਅਦ ਸਰ ਉਹਨੇ ਅੰਦਰੋਂ ਕੋਈ ਰੂਲ ਵਗੈਰਾ ਕੱਢਿਆ, ਇਹਨੂੰ ਬੋਲਣ ਲੱਗ ਗਿਆ ਜੀ। ਉਸ ਤੋਂ ਬਾਅਦ ਲੜਕੇ ਨੇ ਉਸਨੇ ਫੋਨ ਕੀਤਾ, ਇੱਕ ਮੁੰਡਾ ਹੋਰ ਆ ਗਿਆ ਜੀ, ਮੈਨੂੰ ਕਾਲੋਂ ਤੋਂ ਫੜ ਕੇ ਮੈਨੂੰ ਫਿਰ ਸਿੱਟਤਾ ਜਦ ਨੂੰ, ਇਹਨੂੰ ਢਾ ਕੇ ਚੰਗਾ ਕੁੱਟਿਆ। ਕੀ ਨਾਮ ਹੈ ਦੁਕਾਨ ਦਾ? ਦੁਕਾਨ ਦਾ ਸਰ ਸੁਨਹਿਰੇ ਦੀ ਦੁਕਾਨ ਆ। ਕੀ ਨਾਮ ਹੈ ਦੁਕਾਨ ਦਾ? ਹਾਂਡਾ ਜੂਨੀਅਰ। ਅਤੇ ਇਸ ਟਾਈਮ ਆਪਾਂ ਕਿੱਥੇ ਆਏ ਹੈਗੇ ਹਾਂ? ਹਾਂਜੀ ਅਸੀਂ ਹੋਸਪਿਟਲ ਆਏ ਹਾਂ ਜੀ। ਅੱਛਾ। ਹਾਂਜੀ, ਮੁੰਡੇ ਦੇ ਕਾਫੀ ਗੰਭੀਰ ਸੱਟਾਂ ਲੱਗ ਗਈਆਂ ਜੀ। ਅਤੇ ਪ੍ਰਸ਼ਾਸਨ ਕੋਲ ਇਹਦੀ ਕੀ ਮੰਗ ਕਰਦੇ ਆਪਾਂ? ਸਰ ਅਸੀਂ ਸਾਫ ਇਹ ਚਾਹੁੰਦੇ ਹਾਂ ਵੀ ਸਾਡੇ ਨਾਲ ਕੋਈ ਵੀ ਵਾਰਦਾਤ ਹੋ ਰਹੀ ਆ, ਅਸੀਂ ਪਬਲਿਕ ਵਾਸਤੇ, ਇੱਕ ਪਾਣੀ ਦੀ ਕੰਪਲੇਂਟ ਆ ਰਹੀ ਹੈ, ਗੰਦਾ ਪਾਣੀ ਸ਼ਹਿਰ ਦੇ ਵਿੱਚ ਬਹੁਤ ਆ ਰਿਹਾ, ਸਾਨੂੰ ਅਫਸਰ ਸਾਹਿਬਾਂ ਨੇ ਇਹ ਹੁਕਮ ਦਿੱਤਾ ਵੀ ਜਿੱਥੇ ਵੀ ਪਾਣੀ ਦੀ ਕੰਪਲੇਂਟ ਜ਼ਿਆਦਾ ਆ ਰਹੀ ਹੈ ਜਾਂ ਕੋਈ ਵੀ ਕਾਰਬਨ ਆ ਰਹੀ ਹੈ ਉਸ ਨੂੰ ਪੁਆਇੰਟ ਖੁੱਲ੍ਹੇ ਜਾਣ। ਅਸੀਂ ਪਬਲਿਕ ਵਾਸਤੇ ਸਾਫ ਦੀ ਹੁਕਮ ਅਨੁਸਾਰ ਸੇਵਾ ਕਰ ਰਹੇ ਹਾਂ ਸਰ, ਇਸ 'ਤੇ ਸਾਨੂੰ ਉਹਨਾਂ ਨੇ ਕਾਫੀ ਕੁੱਟਿਆ ਮੁੰਡੇ ਨੂੰ ਵੀ ਅਤੇ ਕਰਮਵੀਰ ਮੇਰੇ ਵੀਰ ਨੂੰ ਵੀ ਜ਼ਿਆਦਾ।